ਬੱਚਿਆਂ ਦੇ ਖੇਡਣ ਨੂੰ ਲੈ ਕੇ ਦੋ ਗੁਆਂਢੀ ਆਪਸ ਦੇ ਵਿੱਚ ਭਿੜੇ ਨੇ। ਕਿਹਾ ਜਾ ਰਿਹਾ ਕਿ ਇੱਕ ਗੁਆਂਢੀ ਨੇ ਦੂਸਰੇ ਗੁਆਂਢੀ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲੜਾਈ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਬੱਚੇ ਗਲੀ ਦੇ ਵਿੱਚ ਕ੍ਰਿਕਟ ਖੇਡ ਰਹੇ ਸੀ ਅਤੇ ਅਚਾਨਕ ਹੀ ਇੱਕ ਔਰਤ ਘਰ ਦੇ ਵਿੱਚੋਂ ਬਾਹਰ ਨਿਕਲਦੀ ਹੈ ਤਾਂ ਉਸਦੀ ਬਹਿਸ ਬੱਚਿਆਂ ਦੇ ਨਾਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸ ਔਰਤ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਪਣੇ ਪਤੀ ਨੂੰ ਇਸ ਗੱਲ ਦੇ ਬਾਰੇ ਸੂਚਨਾ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਉਸਦਾ ਪਤੀ ਘਰ ਆ ਕੇ ਲਾਠੀ ਡੰਡਿਆਂ ਦੇ ਨਾਲ ਦੂਸਰੇ ਗੁਆਂਢੀ ਦੇ ਉੱਤੇ ਹਮਲਾ ਕਰ ਦਿੰਦਾ। ਹਾਲਾਂਕਿ ਹਮਲਾ ਕਰਨ ਦੀ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲਾਠੀ ਡੰਡਿਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਮਾਮਲਾ ਇਹ ਲੁਧਿਆਣਾ ਤੋਂ ਸਾਹਮਣੇ ਆਇਆ। ਫਿਲਹਾਲ ਪੀੜਿਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਇਆ ਕਿ ਜਦੋਂ ਮੈਨੂੰ ਟੈਲੀਫੋਨ ਕਰਕੇ ਬੁਲਾਇਆ ਨਾ, ਮੈਂ ਇੱਥੇ ਆਇਆ, ਉਹ ਦਰਵਾਜ਼ੇ ਦੇ ਅਸੀਂ ਅੰਦਰ ਹੀ ਸੀ, ਬੱਚਿਆਂ ਨੂੰ ਕਿਹਾ ਮੈਂ ਤੁਸੀਂ ਅੰਦਰ ਜਾਓ, ਬਾਹਰ ਉਹਨਾਂ ਨੇ ਲੱਤਾਂ ਮਾਰੀਆਂ ਜੇ ਦਰਵਾਜ਼ਾ ਦਰਵਾਜ਼ਾ ਖੜ ਗਿਆ। ਮੈਂ ਬਾਹਰ ਆ ਕੇ ਮੈਂ ਦਰਵਾਜ਼ਾ ਖੋਲ੍ਹਿਆ, ਬੇਟੇ ਬਾਹਰ ਨਿਕਲ ਗਏ ਤਾਂ ਉਹ 5-7 ਬੰਦੇ ਜਿਹੜੇ ਉਹਨੇ ਬਾਹਰੋਂ ਬੁਲਾਏ ਸੀਗੇ, ਉਹ ਬੱਚਿਆਂ ਨੂੰ ਇੱਕਦਮ ਉਹ ਪੈ ਗਏ, ਇੱਥੇ ਫੜ ਕੇ ਉਹਨਾਂ ਨੇ ਕੁੱਟਿਆ, ਉਹਨਾਂ ਉਹਦਾ ਮੂੰਹ 'ਤੇ ਸੱਟਾਂ ਮਾਰੀਆਂ, ਉਹਦਾ ਸਿਰ 'ਚ ਸੰਦਰਾ ਫਟ ਗਿਆ, ਉਹਨੂੰ ਲੈ ਕੇ ਫਿਰ ਖਿੱਚ ਕੇ ਨਾ ਉਹ ਆਪਣੇ ਘਰ ਲੈ ਗਿਆ। ਪੰਜ 6 ਜਿਹੜੇ ਬੰਦੇ ਨੂੰ ਖਿੱਚ ਕੇ ਉਹਨੂੰ ਆਪਣੇ ਘਰ ਲੈ ਗਏ, ਘਰ ਲਿਜਾ ਕੇ ਬਸ ਉਹ ਕਹਿੰਦੇ ਜੀ ਇਹਨੇ ਸਾਡੀ ਜਨਾਨੀ ਦੇ ਕੱਪੜੇ ਪਾ ਲਿਆ। ਇਹ ਇੱਦਾਂ ਦੇ ਜਿਹੜਾ ਵਾਕਿਆ ਕੀਤਾ, ਉਹ ਮਤਲਬ ਅਸੀਂ ਜਿਹੜਾ ਇਹ ਜਾ ਕੇ ਇੱਕ ਰੋਂਦੀ ਰਹੀ ਅਤੇ ਮੇਰੇ ਬੱਚੇ ਨੂੰ ਬਾਹਰ ਕੱਢੋ, ਇਹਨੇ ਉਹਨੂੰ ਵੀ ਧੱਕੇ ਮਾਰੇ। ਕਿਹਨੂੰ ਕੁੱਟਿਆ ਉਹਨਾਂ ਨੇ ਘਰੇ? ਸਾਡੇ ਤਾਂ ਮੇਰੇ ਦੋ ਬੇਟਿਆਂ ਨੂੰ ਕੁੱਟਿਆ ਅਤੇ ਮੇਰਾ ਪੋਤਾ ਸੀ ਉਹਨੂੰ ਕੁੱਟਿਆ, ਵੀ ਇਹਦੇ ਨੂੰ ਧੱਕੇ ਮਾਰ ਕੇ ਇਹਦੇ ਵੀ ਆਹ ਸਾਰੇ ਜਿਹੜੇ ਹੋਇਆ ਸਰ। ਅਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਪ੍ਰਸ਼ਾਸਨ ਵੱਲੋਂ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹੋ ਜਿਹੇ ਬੰਦੇ 'ਤੇ ਸਖ਼ਤ ਸਜ਼ਾ ਹੋਣੀ ਚਾਹੀਦੀ ਆ। ਬੱਚੇ ਜਿਹੜੇ ਆ ਇਹ ਇੱਥੇ ਗਲੀਆਂ 'ਚ ਖੇਡਦੇ ਆ, ਸਾਰੀ ਦੁਨੀਆਂ ਦੇ ਬੱਚੇ ਖੇਡਦੇ ਆ, ਕੋਈ ਗੱਲ ਨਹੀਂ। ਉਹ ਜਿਹੜਾ ਹੋ ਗਿਆ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਆ ਵੀ ਉਹਨਾਂ ਬੱਚਿਆਂ ਦੀ ਕੱਤ ਤੁਸੀਂ ਵੱਡਿਆਂ ਤੱਕ, ਮੈਂ ਉਹਨਾਂ ਬਾਰੇ ਜਾ ਕੇ ਜੁੜੀ ਯਾਰ ਤੁਸੀਂ ਛੱਡੋ ਪਰੇ, ਵੀ ਤੁਸੀਂ ਆਪਣਾ ਕੰਮ ਕਰੋ। ਲੇਕਿਨ ਉਹਨਾਂ ਨੇ ਉਹ ਮਤਲਬ ਇੱਕਦਮ ਜਿਹੜਾ ਉਹ ਕਹਿੰਦੇ ਜੀ ਇਹਨਾਂ ਦੇ ਤਪੇੜਾ ਮਾਰਨੀਆਂ। ਤੁਹਾਡੇ ਬੇਟੇ ਦਾ ਕੀ ਹਾਲ ਆ ਜੀ, ਜਿਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ, ਉਹਨਾਂ ਦਾ ਕਿੱਦਾਂ ਦਾ ਹਾਲ ਆ? ਉਹ ਹੁਣ ਮੈਂ ਕਿਹਾ 40 ਸਾਲ ਦਾ ਹੁਣ ਨਹੀਂ ਨਹੀਂ ਹਾਲ ਕਿੱਦਾਂ ਦਾ ਉਹਨਾਂ ਦਾ? ਠੀਕ ਨੇ ਹੁਣ? ਦੇਖੇ ਹੀ ਨਹੀਂ, ਇਹ ਤਾਂ ਗਏ ਨਹੀਂ। ਮੇਰਾ ਨਾਮ ਕੁਲਦੀਪ ਸਿੰਘ ਹੈ, ਜੈਨ ਕਲੋਨੀ ਦਾ ਪ੍ਰਧਾਨ ਆ ਮੈਂ। ਅਤੇ ਜਿਹੜੀ ਵੀ ਇਹ ਘਟਨਾ ਹੋਈ ਹੈ ਅੱਜ, ਜੇ ਆਪਾਂ ਦੇਖਾਂਗੇ ਤਾਂ ਇੰਨੀ ਮੰਦਭਾਗੀ ਘਟਨਾ, ਇੱਦਾਂ ਦੀ ਘਟਨਾ ਪਹਿਲਾਂ ਸਾਡੀ ਕਲੋਨੀ 'ਚ ਕਦੇ ਨਹੀਂ ਹੋਈ। ਮੈਂ ਤਾਂ ਕਹਿੰਦਾ ਇਸ ਜੇ ਹੁਣ ਨੱਥ ਨਾ ਪਾਈ ਗਈ ਨਾ ਇਹਨਾਂ 'ਤੇ, ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਵੱਡਾ ਹਮਲਾ ਹੋਊਗਾ। ਅਤੇ ਸਾਰੇ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਨੇ, ਵੀ ਉਹਨੂੰ ਐਂ ਲੱਗਦਾ ਵੀ ਸਾਡੇ 'ਤੇ ਵੀ ਅੱਜ ਹੋਊਗਾ। ਹਰ ਬੰਦਾ ਡਰਿਆ ਪਿਆ ਉਹਨਾਂ ਦੇ ਇਸ ਦੇਖ ਕੇ, ਮਤਲਬ ਕਿ ਇੰਨੀ ਦਹਿਸ਼ਤ ਫੈਲਾਤੀ ਨਾ ਉਹਨਾਂ ਨੇ ਇਸ ਕਲੋਨੀ ਦੇ ਵਿੱਚ, ਕਦੇ ਇੱਦਾਂ ਦਾ ਕਦੇ ਅੱਜ ਤੱਕ ਨਹੀਂ ਹੋਇਆ। ਸਾਡੀ ਇਹੀ ਮੰਗ ਆ ਕਿ ਅੱਗੇ ਤੋਂ ਇਹਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਵੱਲੋਂ, ਅਤੇ ਅੱਗੇ ਨੂੰ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਕਿ ਅੱਗੇ ਦੇ ਇੱਦਾਂ ਦੀ ਕੋਈ ਘਟਨਾ ਨਾ ਹੋਵੇ। ਪ੍ਰਧਾਨ ਜੀ, ਇਸ ਤੋਂ ਪਹਿਲਾਂ ਵੀ ਕਦੀ ਇਹਨਾਂ ਵੱਲੋਂ ਕੋਈ ਹਮਲਾ ਕੀਤਾ ਗਿਆ, ਕਿਸੇ ਨਾਲ ਲੜਾਈ ਝਗੜਾ, ਇੱਦਾਂ ਦਾ ਕੋਈ ਮਾਮਲਾ? ਇੱਦਾਂ ਦਾ ਕੋਈ ਘਰ ਹੀ ਹੈ ਨਹੀਂ ਗਾ ਜਿਹਦੇ ਨਾਲ ਇਹਨਾਂ ਦਾ ਕੋਈ ਝਗੜਾ ਨਹੀਂ ਹੋਇਆ। ਹਰ ਕਲੋਨੀ ਦਾ ਹਰ ਵਸਨੀਕ ਇਹੀ ਕਹਿੰਦਾ ਵੀ ਇਹਨਾਂ ਵਰਗਾ ਕੋਈ ਬੰਦਾ ਨਹੀਂ ਹੈਗਾ, ਇੰਨਾ ਖਤਰਨਾਕ। ਮੈਂ ਕਹਿੰਦਾ ਜਿੱਦਾਂ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਗੁੰਡਾ ਟੈਪ ਜਿਹੜਾ, ਜਿੱਦਾਂ ਗੈਂਗਵਾਰ ਜਿੱਦਾਂ ਕਹਿ ਦਿਓ, ਉਸ ਤਰ੍ਹਾਂ ਦਾ ਇਹ ਮਾਹੌਲ ਕ੍ਰੀਏਟ ਕੀਤਾ ਹੋਇਆ ਇਹਨਾਂ ਨੇ। ਸਰ ਇੱਦਾਂ ਦੇ ਲੋਕਾਂ ਦੀ ਕਿੱਦਾਂ ਦੀ ਕਾਰਵਾਈ ਚਾਹੁੰਦੇ? ਅੱਜ ਤੱਕ ਕਾਰਵਾਈ ਚਾਹੁੰਦੇ ਹਾਂ ਜੇ ਕਹਿੰਦੇ ਇਹਨਾਂ ਨੂੰ ਜਿੰਨੀ ਸਖ਼ਤ ਤੋਂ ਸਖ਼ਤ ਸਜ਼ਾ ਹੋ ਸਕਦੀ ਉੰਨੀ ਹੋਣੀ ਚਾਹੀਦੀ ਹੈ।
ਮੇਰਾ ਨਾਮ ਮਨਜਿੰਦਰ ਕੌਰ ਹੈ, ਮੈਂ ਚੈਨ ਕਲੋਨੀ ਰਾਹੋਂ ਰੋਡ 'ਚ ਰਹਿੰਦੀ ਹਾਂ। ਅਤੇ ਅੱਜ ਗਲੀ 'ਚ ਬੱਚੇ ਖੇਡ ਰਹੇ ਸੀ ਕ੍ਰਿਕਟ, ਮੇਰੇ ਬੱਚੇ ਵੀ ਖੇਡ ਰਹੇ ਸੀਗੇ। ਥੋੜ੍ਹੀ ਜਿਹੀ ਇੱਕ ਲੇਡੀ ਨਾਲ ਬਹਿਸ ਹੋ ਗਈ, ਸਿਮਰਨ ਨਾਮ ਹੈ ਉਹਦਾ, ਅਤੇ ਬੱਚੇ ਦੀ ਬੋਲ ਨੂੰ ਲੈ ਕੇ ਖੇਡ ਗਲੀ 'ਚ ਖੇਡਣ ਨੂੰ ਲੈ ਕੇ ਹਰ ਵੇਲੇ ਉਹ ਲੇਡੀ ਇੱਦਾਂ ਹੀ ਕਰਦੀ ਹੈ। ਜਦੋਂ ਬੱਚਾ ਕੋਈ ਵੀ ਬੱਚਾ ਗਲੀ 'ਚ ਖੇਡਦਾ ਆ ਉਹ ਉਹਨੂੰ ਬਹੁਤ ਫੌਲ ਲੈਂਗੁਏਜ, ਗੰਦੀ ਲੈਂਗੁਏਜ ਯੂਜ਼ ਕਰਦੀ ਆ, ਅਤੇ ਬੱਚੇ ਬਹੁਤ ਡਰੇ ਹੋਏ ਆ। ਅਤੇ ਥੋੜ੍ਹੀ ਦੇਰ ਬਾਅਦ ਉਹਨੇ ਆਪਣੇ ਹਸਬੈਂਡ ਨੂੰ ਬੁਲਾਇਆ, ਸਾਡੇ ਘਰ ਦੇ ਦਰਵਾਜ਼ੇ ਭੰਨੇ ਆ, ਮੇਰੇ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਸੀ ਉਹਨਾਂ ਦੀ ਖਿੱਚਾ ਧੂ ਕੀਤੀ ਗਈ ਆ, ਮੇਰੇ ਹਸਬੈਂਡ ਦੀ ਵੀ ਇੱਟਾਂ ਨਾਲ ਸਾਡੇ 'ਤੇ ਹਮਲਾ ਹੋਇਆ ਆ, ਇੱਟਾਂ ਮਾਰੀਆਂ ਗਈਆਂ ਆ, ਮੇਰੇ ਹਸਬੈਂਡ ਐਡਮਿਟ ਹੈ ਹੋਸਪਿਟਲ ਵਿੱਚ, ਅਤੇ ਮੇਰੇ ਮਦਰ ਇਨ ਲਾਅ ਨੂੰ ਖਿੱਚਿਆ ਘੜੀਸਿਆ ਗਿਆ ਆ, ਮੇਰੇ ਫਾਦਰ ਇਨ ਲਾਅ ਨੂੰ, ਮੇਰੇ ਬ੍ਰਦਰ ਇਨ ਲਾਅ ਨੂੰ, ਸਾਰਿਆਂ ਨੂੰ ਇੱਟਾਂ ਨਾਲ ਮਾਰਿਆ ਗਿਆ ਆ। ਸਾਰਾ ਵਾਕਿਆ ਇਹਦੀ ਕੋਈ ਸੀਸੀਟੀਵੀ ਆਈ? ਹਾਂਜੀ, ਸੀਸੀਟੀਵੀ ਹੈਗੀ ਹੈ, ਸੀਸੀਟੀਵੀ ਦੀ ਫੁਟੇਜ ਹੈਗੀ ਹੈ ਸਾਡੇ ਕੋਲ, ਜੋ ਕੁਛ ਵੀ। ਉਹ ਇੰਨੇ ਬੰਦੇ ਆਏ ਆ, ਦੋ ਗੱਡੀਆਂ ਭਰ ਕੇ ਆਏ ਆ ਉਹ ਲੜਨ ਦੇ ਲਈ, ਅਤੇ ਆਹ ਸਾਰੀ ਸੀਸੀਟੀਵੀ ਦੀ ਫੁਟੇਜ ਜਿਹੜੀ ਆ ਉਹ ਹੈਗੀ ਆ। ਹਾਂਜੀ, ਐਸ ਐਚ ਓ ਸਾਹਿਬ ਵੀ ਆਏ ਸੀਗੇ, ਪਹਿਲਾਂ ਦੂਜੇ ਪੁਲਿਸ ਵਾਲੇ ਆਏ ਸੀ, ਹਾਂਜੀ ਉੱਥੋਂ ਆਏ ਸੀ, ਐਸ ਐਚ ਓ ਸਾਹਿਬ ਆਏ ਸੀਗੇ, ਕਹਿ ਕੇ ਗਏ ਆ, ਤਸੱਲੀ ਦਿੱਤੀ ਆ ਕਿ ਕਾਰਵਾਈ ਹੋਏਗੀ। ਪਰ ਅਸੀਂ ਘਰ ਵਿੱਚ ਦੋ ਬੱਚੇ ਸੀਗੇ, ਮੇਰੇ ਮਦਰ ਇਨ ਲਾਅ, ਫਾਦਰ ਇਨ ਲਾਅ, ਮੈਂ, ਮੇਰੇ ਹਸਬੈਂਡ ਅਤੇ ਮੇਰੇ ਜੇਠ ਆਏ ਹੋਏ ਸੀਗੇ, ਅਤੇ ਉਹ ਪਰ 8-10 ਬੰਦੇ ਸੀਗੇ, ਉਹਨਾਂ ਦੇ ਦੋ ਗੱਡੀਆਂ ਭਰੀਆਂ ਹੋਈਆਂ ਸੀਗੀਆਂ, ਸਾਡੀ ਕੋਈ ਵਾਹ ਪੇਸ਼ ਨਹੀਂ ਗਈ। ਉਹ ਤੋਂ ਪਹਿਲਾਂ ਮੈਟਰ ਸੋਲਵ ਹੋ ਚੁੱਕਾ ਸੀ, ਮੈਂ ਸੋਰੀ ਕਹਿ ਦਿੱਤੀ ਸੀ ਉਹਨੂੰ, ਮੈਂ ਕਿਹਾ ਸੀ ਵੀ ਚਲੋ ਮੈਟਰ ਸੋਲਵ ਹੋ ਜਾਵੇ ਇਹਦੇ ਨਾਲ ਹੀ ਤਾਂ ਫਿਰ ਅੱਛੀ ਗੱਲ ਹੈ, ਪਰ ਫਿਰ ਉਹ ਟਲੇ ਨਹੀਂ, ਵਾਰ ਵਾਰ ਆ ਕੇ ਸਾਡੇ ਘਰ ਦੇ ਦਰਵਾਜ਼ੇ ਭੰਨਦੇ ਸੀਗੇ। ਪਹਿਲਾਂ ਵੀ ਕਦੀ ਤੁਹਾਡੀ ਲੜਾਈ ਹੋਈ ਉਹਨਾਂ ਨਾਲ? ਇਦੋਂ ਪਹਿਲਾਂ ਮਾੜੀ ਮੋਟੀ ਹੁੰਦੀ ਹੋਈ ਆ, ਸਾਲ ਪਹਿਲਾਂ ਵੀ ਬੱਚੇ ਦੀ ਉਹੀ ਖੇਡਣ ਕਰਕੇ ਹੀ ਹੋਈ ਆ, ਬੋਲ ਬੁਲਾਵਾ ਜਿੰਨਾ ਵੀ ਹੋਇਆ, ਉਸ ਤੋਂ ਬਾਅਦ 'ਚ ਅਸੀਂ ਕਦੀ ਉਹਨਾਂ ਨੂੰ ਬੁਲਾਇਆ ਹੀ ਨਹੀਂ। ਅਤੇ ਹੁਣ ਕੀ ਕਾਰਵਾਈ ਚਾਹੁੰਦੇ ਹੋ ਤੁਸੀਂ? ਇਹੀ ਕਾਰਵਾਈ ਚਾਹੁੰਦੇ ਹਾਂ ਕਿ ਇਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਅਸੀਂ ਸਭ ਜੌਬ ਵਾਲੇ ਬੰਦੇ ਹਾਂ, ਪਿੱਛੋਂ ਸਾਡੇ ਘਰ ਦੀ ਸੇਫਟੀ ਨਹੀਂ, ਸਾਡੇ ਘਰ ਦੇ ਬਜ਼ੁਰਗਾਂ ਦੀ ਸੇਫਟੀ ਨਹੀਂ ਹੈਗੀ।